ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਤੇ ਦੋਵਾਂ ਧਿਰਾਂ ਦੇ ਵਿੱਚ ਜੰਮ ਕੇ ਡਾਂਗਾਂ ਸੋਟੇ ਚੱਲੇ ਨੇ ਤੇ ਕਈਆਂ ਦੇ ਸਿਰ ਖੁੱਲੇ ਨੇ ਤੇ ਉਹਨਾਂ ਨੂੰ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਕਿਹਾ ਜਾ ਰਿਹਾ ਕਿ ਇੱਕ ਕੁੜੀ ਨੂੰ ਫੋਨ ਨੰਬਰ ਦੇਣ ਦੇ ਉੱਤੇ ਇਹ ਸਾਰਾ ਮਾਮਲਾ ਭਖਿਆ ਤੇ ਪੁਰਾਣੀ ਰੰਜਿਸ਼ ਇੱਕ ਵਾਰ ਫਿਰ ਤੋਂ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ, ਇੱਕ ਦੂਜੇ ਦੇ ਉੱਤੇ ਡਾਂਗਾ ਸੋਟਿਆਂ ਦੇ ਨਾਲ ਹਮਲਾ ਕੀਤਾ ਗਿਆ ਤੇ ਹੁਣ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਦੋਂ ਦੋਵਾਂ ਧਿਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵਾਂ ਧਿਰਾਂ ਨੇ ਹੀ ਇੱਕ ਦੂਜੇ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ। ਫਿਲਹਾਲ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਕਈ ਨੌਜਵਾਨ ਦੋਵਾਂ ਧਿਰਾਂ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕੁਛ ਨਹੀਂ ਜੀ, ਦਾਣਾ ਮੰਡੀ ਵਿੱਚ ਨਾ ਸਾਡੇ ਨਾ ਅੱਜ ਤੋਂ 8-10 ਦਿਨ ਮਿੰਟ ਦੀ ਗੱਲ ਆ ਜੀ, ਮੈਂ ਬੰਬੇ ਸੀਗਾ, ਸਾਡੀ 5 ਮਿੰਟ ਤੋਂ ਆਈ ਸੀਗੀ। ਇਹ ਮੁੰਡਾ ਸੂਰਜ ਅਤੇ ਅੰਕਿਤ, ਉਹ ਕੁੜੀ ਸਾਡੀ ਨੰਬਰ ਉਹਨੂੰ ਦਿੱਤਾ ਸੀ ਫੋਨ ਨੰਬਰ, ਅਤੇ ਸਾਡੇ ਉਹਨਾਂ ਨੂੰ ਕੁੱਟਿਆ ਸੀ, ਇਹਨੂੰ ਸੂਰਜ ਨੂੰ ਅਤੇ ਅੰਕਿਤ ਨੂੰ। ਇਹਨਾਂ ਦੀ ਨਾ ਰੰਜਿਸ਼ ਚੱਲਦੀ, ਘੁਰਾ ਪੱਟੀ ਚੱਲਦੀ ਸੀਗੀ। ਅਤੇ ਅੱਜ ਨਾ ਜਿਹੜੀ ਸਾਡੀ ਭਾਣਜੀ ਆ ਉਹ ਮੇਰੀ ਭੂਆ ਦੀ ਕੁੜੀ ਹੈ, ਉਹ ਮੇਰੇ ਨਾ ਭੂਆ ਦੀ ਕੁੜੀ ਹੈ। ਹੁਣ ਜਿਹੜੇ ਮੁੰਡੇ ਮੇਰੇ ਵਿਸ਼ਾਲ ਅਤੇ ਕੀ ਨਾਮ ਆ ਵਿਸ਼ੂ, ਉਹਨਾਂ ਦੀ ਸਗੀ ਭੂਆ ਦੀ ਕੁੜੀ ਹੈ ਮੇਰੀ ਭੂਆ, ਅਤੇ ਅੱਜ ਨਾ ਕੋਈ ਮਾੜੀ ਮੋਟੀ ਉਹ ਮੈਚ ਖੇਡਦੇ ਸੀ ਦਾਣਾ ਮੰਡੀ ਵਿੱਚ, ਅਤੇ ਬਈ ਵਿਸ਼ੂ ਨਾਲ ਕੋਈ ਗੱਲਬਾਤ ਹੋਈ ਇਹਨਾਂ ਦੀ, ਮੈਨੂੰ ਨਹੀਂ ਪਤਾ ਵੀ ਕੀ ਇਹਨਾਂ ਨੂੰ, ਮੈਨੂੰ ਪਤਾ ਅਤੇ ਬਈ ਇਹਨਾਂ ਨੇ ਮੁੰਡੇ ਮੁੰਡੇ ਬੁਲਾਏ ਹੋਏ ਸੀਗੇ, ਟੋਕੇ ਟਾਕੇ ਵਧੀਆ ਸੀ ਇਹਨਾਂ ਕੋਲ, ਮੁੰਡੇ ਵਧੀਆ ਬੁਲਾਏ ਸੀਗੇ। ਉੱਥੇ ਮੋਟਰਸਾਈਕਲ ਐਕਟਿਵਾ ਪਿੱਛੇ 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 ਆਹ ਮੁੰਡਾ ਵਿਸ਼ੂ, ਆਹ ਮੁੰਡਾ ਵਿਸ਼ੂ ਆ ਜੀ, ਇਹ ਭਤੀਜਾ ਲੱਗਦਾ ਮੇਰਾ, ਮੇਰੀ ਸਗੀ ਭੂਆ ਦਾ ਦੋਤਾ ਵਾ, ਪੋਤਾ ਕਹਿੰਦੇ ਆ। ਅਤੇ ਸਾਨੂੰ ਪਤਾ ਲੱਗਿਆ ਵੀ ਸੂਰਜ ਨੇ ਉਹੀ ਹਰਕਤ ਫਿਲ ਕੀਤੀ ਹੈ, ਇਹਨੂੰ ਹਵਾ ਕੀਤੀ ਹੈ, ਕਿਹਾ ਵੀ ਤੂੰ ਐਂ ਹਰਕਤ ਕੀਤੀ ਸੀ, ਮਾੜੀ ਗੱਲ ਆ। ਅਤੇ ਇੰਨੇ ਮੁੰਡੇ ਉਹਨੇ ਬੁਲਾਏ ਸੀਗੇ, ਸਾਰੇ ਬਚ ਗਏ, ਇਕੱਲਾ ਬੱਚਾ ਸੂਰਜ ਟੋਕਾ ਉਹਨੇ ਮੇਰੇ ਵਿੱਚ ਕਿਹਾ, ਦੇਖੂਗਾ ਤੁਹਾਨੂੰ ਪਤਾ ਬੱਚਾ ਵੀ ਮੈਂ ਹੀ ਉਹਨੂੰ ਉਹਦੇ ਉੱਪਰ ਨਾ ਸੀਟੀ ਕੈਮਰੇ ਅੰਮ੍ਰਿਤ ਵਿੱਚ ਚੈੱਕ ਕਰ ਲਓ, ਉਹਨੂੰ ਮੈਂ ਹੀ ਬਚਾਇਆ, ਉੱਪਰ ਪੈ ਗਿਆ ਉਹਦੇ, ਮੈਂ ਮੇਰੇ ਬੱਚੀਆਂ ਮੇਰੇ ਬੱਚੀਆਂ ਨੇ, ਮੈਂ ਹੀ ਉਹਨੂੰ ਬਚਾਇਆ। ਪਰ ਗੱਲ ਤਾਂ ਸੂਰਜ ਦੀ ਹੈ ਵੀ ਤੂੰ ਕੰਮ ਧੰਦਾ ਕਰਦਾ ਆਪਦੇ ਕਰਿਆ ਜਾ, ਫੁਕਰਾਬੰਦੀ ਕਰਦਾ ਮੁੰਡੇ ਨਾਲ, ਵੱਡੇ ਮੁੰਡਾ ਸਰਿਆਮ ਗਰਾਊਂਡ ਦੇ ਵਿੱਚ 100 ਬੰਦੇ ਬੁਲਾਉਂਦਾ, ਗੁੰਡੇ ਬੁਲਾਉਂਦਾ ਸ਼ਹਿਰ ਦੇ ਕਿ ਵੀ ਮੇਰੀ ਬਣੇ ਦਬਸ, ਜਿੱਦਾਂ ਵੱਡਾ ਪਰਿਵਾਰ ਹੋਵੇ ਇੱਕ ਨਹੀਂ ਡਰਦਾ ਯਾਰ, ਜਿੱਦਾਂ ਵੱਡਾ ਪਰਿਵਾਰ ਕੋਈ ਡਰਦਾ ਕੋਈ ਬੰਦਾ ਨਹੀਂ ਡਰਦਾ ਬਈ। ਹੁਣ ਭੈਣ ਦੀ ਕੋਈ ਛੇੜੂਗਾ ਉਹ ਰਿਸ ਰਹਿੰਦੀ ਹੈ ਵੀਰੇ, ਸੋ ਮੇਰੀ 18 ਸਾਲ ਹੋਣ ਵਾਲਾ ਮਾਰਚ, ਮੇਰਾ ਨਾਮ ਵਿਸ਼ੂ ਆ ਜੀ। ਤਾਂ ਪਹਿਲਾਂ ਇਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਨਾ ਭੂਆ ਦੀ ਕੁੜੀ ਆਈ ਹੋਈ ਸੀ, ਵਿਆਹ ਸੀਗਾ ਸਾਡੇ ਘਰੇ, ਮੇਰੀ ਭੈਣ ਦਾ ਵਿਆਹ ਸੀਗਾ, ਉਦੋਂ ਇੱਕ ਅੰਕਿਤ ਨਾਂ ਦਾ ਮੁੰਡਾ ਸੀਗਾ, ਉਹਨੇ ਮੇਰੀ ਭੈਣ ਨੂੰ ਨੰਬਰ ਦਿੱਤਾ, ਅਸੀਂ ਫੋਨ ਕੀਤਾ ਤਾਂ ਸੂਰਜ ਬੋਲਿਆ ਕਹਿੰਦਾ ਮੰਡੀ 'ਚ ਖੜਾ ਆ ਜਾਓ, ਤਾਂ ਇਹਨਾਂ ਨੇ ਸਾਡੇ ਨਾਲ ਦਿੱਤਾ ਬਈ। ਉਸ ਦਿਨ ਸਾਡੇ ਪੰਚਾਇਤੀ ਫੈਸਲਾ ਹੋ ਗਿਆ ਸੀ, ਉਸ ਦਿਨ ਪੁਲਿਸ ਦਾ ਇਹਨਾਂ ਨੇ ਪਰਚਾ ਕਰਾਇਆ ਸੀ, ਉਹ ਤੋਂ ਬਾਅਦ ਮੈਂ ਨਾ ਆਰਾਮ ਨਾਲ ਆ ਰਿਹਾ ਸੀ, ਤਾਂ ਕਿ ਇਹਨੇ ਮੋਟਰਸਾਈਕਲ ਮਾਰ ਰਿਹਾ ਮੇਰੇ ਵਿੱਚ, ਮੈਂ ਕਿਹਾ ਵੀਰੇ ਦੇਖ ਲਾ, ਇਹਨੇ ਮੈਨੂੰ ਕਹਿੰਦਾ ਮੈਂ ਤੇਰੇ ਲੱਤ ਮਾਰੂੰਗਾ, ਮੇਰੇ ਵੱਲ ਨੂੰ ਚਪੇੜਾ ਕਰਨ ਲੱਗਿਆ। ਮੈਂ ਆਪਣੇ ਭਰਾ ਨੂੰ ਕਿਹਾ, ਮੈਂ ਕਿਹਾ ਵੀਰੇ ਇੱਦਾਂ ਇੱਦਾਂ ਕਹਿ ਰਿਹਾ ਵਾ, ਮੈਂ ਕਿਹਾ ਗੱਲ ਕਰ ਲਾ ਸੂਰਜ ਵੀਰੇ, ਕਹਿੰਦਾ ਮੈਂ ਨਹੀਂ ਕਰਦਾ ਕਿਸੇ ਭੈਣ ਚੋਦ ਨਾਲ ਗੱਲ, ਮੇਰੀ ਗੱਲ ਕਰਾਓ। ਇਹੀ ਗੱਲ ਹੋਈ ਹੈ, ਬਾਅਦ 'ਚ ਮੁੰਡੇ ਮਾਂਡੇ ਇਕੱਠੇ ਕਰਕੇ ਇਹਨਾਂ ਨੇ ਸਾਡੇ ਘਰੇ ਗੇਟ ਗੁੱਟ ਪਾੜੇ ਆ, ਬਾਅਦ 'ਚ ਅਸੀਂ ਇਹਨਾਂ ਦੇ ਮਾਰਿਆ ਨੇ ਭਾਜੀ, ਬਸ ਇੰਨੀ ਗੱਲ। ਭਾਜੀ ਉਹਨਾਂ ਦੇ ਮੁੰਡੇ ਸੀਗੇ, ਪਹਿਲਾਂ ਉਹਨਾਂ ਨੇ ਮਾਰੇ ਜੀ ਸਾਡੇ, ਆਹ ਦੇਖੋ ਜਿਹੜੇ ਮੁੰਡੇ ਹੋ ਰਿਹਾ ਮੇਰੇ ਅੰਦਰ ਆ ਰਹੇ ਜੀ।
ਪਹਿਲਾਂ ਉਹਨਾਂ ਨੇ ਸਾਡੇ ਮਾਰੇ ਜੀ, ਮੈਂ ਆਪਣੇ ਘਰੇ ਇਕੱਲਾ ਸੀਗਾ ਜੀ ਤੇ ਮੇਰੇ ਮਾਤਾ ਸੀਗੇ ਬਾਅਦ ਚ ਜਦੋਂ ਸੀਗੇ ਉਹਨਾਂ ਨੇ, ਮੈਂ ਕਿਹਾ ਵੀਰੇ ਕੀ ਗੱਲ ਹੋਈ, ਉਹਨਾਂ ਨੇ ਫਿਰ ਸਾਡੇ ਮਾਰੇ, ਫਿਰ ਅਸੀਂ ਉਹਨਾਂ ਤੋਂ ਖੋ ਕੇ ਤਿਆਰ ਉਹਨਾਂ ਦੇ ਮਾਰੇ ਮਸਲਾ ਇਹ ਸੀਗਾ ਜੀ, ਇੱਕ ਮੁੰਡਾ ਸੀਗਾ ਇਹਨਾਂ ਦੇ ਮਤਲਬ ਸਾਡੇ ਮਹੱਲੇ ਦਾ ਜੀ, ਉਹ ਕਿਤੇ ਲੰਘ ਰਿਹਾ ਹੋਣਾ, ਮੇਰਾ ਬ੍ਰਦਰ ਮੋਟਰਸਾਈਕਲ ਤੇ ਆ ਰਿਹਾ ਸੀਗਾ ਦਾਣਾ ਮੰਡੀ ਰੋੜਾ ਪੈਲਸ ਸੂਰਜ ਜਿਹੜਾ ਅੰਦਰ ਹੈਗਾ ਜੀ ਉਹ ਸੀਰੀਅਸ ਹੈਗਾ, ਇਹਨਾਂ ਨੇ ਕੀ ਕੀਤਾ ਪਹਿਲਾਂ ਬਹਿਸ ਬੂਸ ਕੀਤੀ, ਇਹ ਗਾਲਾਂ ਗੁਲਾਂ ਕੱਢਣ ਲੱਗੇ ਜੀ ਉਹ ਮੁੰਡਾ ਛੋਟਾ, ਉਹਨੇ ਇਹ ਮੇਰੇ ਬ੍ਰਦਰ ਨੇ ਕਿਹਾ ਕਿ ਚੱਲ ਮੈਂ ਤੇਰੀ ਮੰਮੀ ਕੋਲ ਜਾ ਕੇ ਆਉਂਦਾ, ਉਹ ਘਰੇ ਗਿਆ ਜੀ, ਅੱਗੇ ਉਹ ਇਹ ਮੁੰਡਾ ਪਤਾ ਕੀ ਕਹਿੰਦਾ, ਕਹਿੰਦਾ ਤੂੰ ਮੇਰੇ ਘਰੇ ਜਾ ਕੇ ਕੀ ਕਰ ਲਏਗਾ, ਮੇਰੇ ਘਰਦਿਆਂ ਨੂੰ ਐਂ ਕਰਕੇ ਆਇਆ ਵਾ, ਮੇਰੇ ਬਾਰੇ ਬੋਲ ਕੇ ਆਇਆ ਵਾ, ਇਹ ਕਹਿੰਦਾ ਜੀ ਠੀਕ ਆ, ਮੈਂ ਤਾਂ ਜੋ ਕਹਿਣਾ ਸੀਗਾ ਕਹਿਤਾ ਤੇਰੇ ਘਰੇ ਜਾ ਕੇ, ਅੱਗੋਂ ਉਹ ਮੁੰਡਾ ਜਿਹੜਾ ਆਇਆ ਵਾ ਜਿਹਦੇ ਨਾਲ ਲੜਾਈ ਸੀ ਉਹ 25-30 ਮੁੰਡੇ ਇਕੱਠੇ ਕਰਕੇ ਲਿਆਇਆ ਜੀ, ਵੱਡੇ ਵੱਡੇ ਦਾਤ, ਮੈਂ ਆਪ ਦੇਖਿਆ ਵਾ ਇਹਨਾਂ ਦੀ ਵੀਡੀਓ ਬਣੀ ਹੋਈ ਆ ਸੈਲੀਬ੍ਰੇਸ਼ਨ ਪਲਾਜ਼ਾ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਇਹ ਕਿੱਦਾਂ 25-30, ਇਹ ਤਾਂ ਜੀ ਪਤਾ ਹੀ ਨਹੀਂ ਕਿਹੜੀ ਗੱਲ ਚੱਕ ਰਿਹਾ, ਕੋਈ ਕੁੜੀ ਵਾਲਾ ਨੰਬਰ ਨਹੀਂ ਹੈਗਾ, ਉਹ ਪਤਾ ਨਹੀਂ ਕਦੀ ਗੱਲ ਆ, ਇਹਨੂੰ ਤਾਂ ਯਾਦ ਵੀ ਨਹੀਂ ਹੈਗਾ, ਪਤਾ ਨਹੀਂ ਕਿਹੜੀ ਗੱਲ ਚੱਕੀ ਜਾਂਦੇ ਆ, ਇੱਦਾਂ ਦਾ ਕੋਈ ਨੋਸ਼ਨ, ਬਸ ਉਹੀ ਗੱਲ ਜਿਹੜੀ ਮੈਂ ਦੱਸੀ ਆ, ਹਥਿਆਰ ਇਹਨਾਂ ਕੋਲ ਕਿਰਪਾਨਾਂ ਸੀਗੇ, ਲੰਬੇ ਲੰਬੇ ਦਾਂ ਸੀਗੇ ਵੱਡੇ, ਮੈਂ ਆਪ ਅੱਖੋਂ ਦੇਖਿਆ, ਇਹ ਤਾਂ ਗੱਲ ਮੈਨੂੰ ਪਤਾ ਨਹੀਂ ਜੀ, ਕੁੜੀ ਵਾਲਾ ਸਿਸਟਮ ਤਾਂ ਸਾਨੂੰ ਵੀ ਨਹੀਂ ਪਤਾ ਕਿੱਥੋਂ ਆ ਗਿਆ ਮੌਕੇ 'ਤੇ, ਹਾਂ ਮੌਕੇ 'ਤੇ CCTV ਲੱਗੇ ਹੈਗੇ ਜੀ, ਜਿੱਥੇ ਮੈਂ ਕੰਮ ਕਰਦਾ ਉੱਥੇ ਵੀ CCTV ਹੈਗੇ ਵਾ, ਮੈਂ ਸਾਹਮਣੇ ਹੀ ਕੰਮ ਕਰਦਾ ਜਿੱਥੇ ਲੜਾਈ ਹੋਈ ਆ, ਅਤੇ ਇਹ ਸੈਲੀਬ੍ਰੇਸ਼ਨ ਜਿੱਥੇ ਇਹਨਾਂ ਨੇ ਕੁੱਟਿਆ ਵਾ ਉੱਥੇ ਦੀ ਵੀ ਵੀਡੀਓ, ਪ੍ਰਸ਼ਾਸਨ ਤੋਂ ਮੰਗ ਇਹੀ ਆ ਜੀ ਸਾਨੂੰ ਇਨਸਾਫ ਚਾਹੀਦਾ ਵਾ, ਕੰਪਲੇਂਟ ਕਰਾਈ ਆ ਜੀ ਡਿਵੀਜ਼ਨ ਥਾਣੇ 6-6